खालसा फतेह। फतेह। अच्छा तन्वी, दोस्तों पहले गुरु जी का नाम किया, दूजे गुरु जी का नाम, तीजे गुरु जी का नाम अमरदास जी, चौथे गुरु जी का नाम रामदास जी, पांचवें गुरु जी का नाम अर्जुन देव जी, छठवें गुरु जी का नाम गहागौर साहब ने, सातवें गुरु जी का नाम गुरु हर साहब ने, आठवें गुरु जी का नाम कृष्ण साहब जी, नौवें गुरु जी का नाम गुरु तेग बहादुर साहब जी, दसवें गुरु जी का नाम गुरु गोबिंद सिंह जी, दसवां पातशाहियां दी जोत श्री गुरु ग्रंथ साहब जी। गुड। अच्छा मैंने दसो, साडे पिता जी का नाम की आ? गोबिंद सिंह जी। साडे माता जी का नाम? माता जी नाम साहिब जी हो जी। माता साहिब कौर जी। ਅਸੀਂ ਕਿੱਥੋਂ ਦੇ ਵਾਸੀ ਆ? ਅਨੰਦਪੁਰ ਸਾਹਿਬ ਦੇ। ਤੇ ਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਕਿਸ਼ ਨਹੀਂ ਕਰਦੇ। ਓਕੇ, ਤੇ ਤਨਵੀਰ ਕੀ ਕਰੂਗਾ? ਤੈਨੂੰ ਕਿਸ਼ ਨਹੀਂ ਕਰੂਗਾ। ਹੋਰ ਕੀ ਕਰੂਗਾ? ਗੁਰੂ ਜੀ ਦੀ ਗੱਲ ਮੰਨੂਗਾ। ਓਕੇ, ਤੁਹਾਡੇ ਕੇਸ ਕਿੱਥੇ ਆ? ਆ ਕਿਸ਼ਾ। ਓਕੇ, ਅੱਛਾ ਮੈਨੂੰ ਦੱਸੋ ਗੁਰੂ ਜੀ ਦੇ ਕਿੰਨੇ ਸਾਹਿਬਜ਼ਾਦੇ ਹੋਏ ਆ? ਦਸ ਸਾਹਿਬਜ਼ਾਦੇ ਹੋਏ ਆ। ਓਕੇ, ਵੱਡੇ ਸਾਹਿਬਜ਼ਾਦਾ ਦੇ ਨਾਮ ਦੱਸੋ। ਪਾਪਾ ਜੀਤ ਸਿੰਘ ਜੀ, ਬਾਬਾ ਸਿੰਘ ਜੀ। ਗੁੱਡ। ਛੋਟੇ ਸਾਹਿਬਜ਼ਾਦੇ ਦੇ ਨਾਮ? ਬਾਬਾ ਚੁਰਾਬਾ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਓਕੇ, ਗੁਰੂ ਜੀ ਨੇ ਕਿੰਨੇ ਪਿਆਰੇ ਸਾਜੇ ਆ? ਪੰਜ ਪਿਆਰੇ। ਓਕੇ, ਪੰਜਾਂ ਪਿਆਰਿਆਂ ਦੇ ਨਾਮ ਦੱਸੋ। ਪਿਆਰ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਚਾਮਾ ਸਿੰਘ ਜੀ, ਭਾਈ ਤਰਨ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੱਕਮ ਸਿੰਘ ਜੀ, ਭਾਈ ਮੁਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਦੇ ਫਤਿਹ, ਦੇਖਦੇ ਫਤਿਹ। ਪੰਥ ਕੀ ਜੀ? ਪੰਥ ਕੀ ਜੀ? ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਬੋਲੇ ਸੋਨਿਹਾਲ ਸਾਖੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।